सत श्री अकाल, नमस्कार ते आदाब। मैं हाँ हरजिंद कौर मांगड़ ते तुसी देख रहे इंडोज टीवी। स्वागत है जी तुहाडा सारयां दा प्रोग्राम दूजा पक्ष दे विच। साडे नाल जुड़ चुके ने जी सीनियर जर्नलिस्ट एडिलेट तो मिंटू बराड़। करदे आ जी उहनां दा स्वागत। मिंटू बराड़ जी, बहुत बहुत स्वागत है जी तुहाडा। सत श्री अकाल हरजिंद जी ते सारे जिहड़े इंडोज दे दर्शक आ साडे नाल जुड़ चुके आ, उहनां सभ नूं प्यार भरी सत श्री अकाल ते उम्मीद आ सारे चढ़दी कला चों जी। मिंटू बराड़ जी, विचारांगे जी आस्ट्रेलिया ते इंडिया दे मुद्दे। सब तों पहला आपां गल करदे आ जी आस्ट्रेलिया दी। ऑस्ट्रेलिया के सूबे विक्टोरिया दे विच प्रोटेस्ट किया जा रहा है जी। कंस्ट्रक्शन जिहड़े भी वर्कर हैगे ने जिन्ने भी, उन्हां वल्लों एक कहा जा रहा है कि जिहड़ी वैक्सीन है उहनूं लाजमी ना किया जाए, क्योंकि लाजमी करन दे नाल फिर उहनां दे काम दे उत्ते भी प्रभाव पैंदा है। कुछ अजिहा उन्होंने प्रोटेस्ट किया कि एक टिन जिहड़े हुंदे ने जी आपां जिन्हां विच कोक वगैरह पीने आ, उन्होंने वो कट्ठे किए ते जिहड़े प्रोटेस्ट नूं रोक रहे सी उन्होंने बराउणे शुरू कर दिते ते शब्दावली भी उन्होंने अनएप्रोप्रिएट यूज की है ते कई पत्रकार भी जिहदे विच जख्मी होए ने ते उन्हां दे भी एक बंदे दी जी मौत हुई आ। किस तरह देखदे हो सारे वर्तारे नूं? बिल्कुल जी, कहिंदे नहीं हुंदे भी पाणी हुण जिहड़ा पुलां दे उत्तों दी लंघ गया ते जां कहीए जनता नूं हाथ आया पिया। ਕੱਲੀਏ ਇੱਕ ਆਪਾਂ ਕਹੀਏ ਮਕਾਨ ਬਣਾਉਣ ਵਾਲੇ ਜਾਂ ਕੋਈ ਵੀ ਕੰਸਟਰਕਸ਼ਨ ਵਾਲੇ ਬੰਦੇ ਨਹੀਂ ਇਹਦੇ ਤੋਂ ਦੁਖੀ। ਦੁਖੀ ਹੁਣ ਸਾਰੇ ਹੋ ਚੁੱਕੇ ਆ ਜਿਹੜੇ ਮੈਲਬਰਨ ਦੇ ਵਿੱਚ ਮੇਰੇ ਵਰਗਿਆਂ ਨੇ ਅੱਡੀਆਂ ਚੱਕ ਚੱਕ ਫਾਹੇ ਲਏ ਸੀ, ਵੱਡੇ ਵੱਡੇ ਘਰ ਲਏ ਸੀ, ਮਿਲੀਅਨਾਂ ਦੇ ਲੋਨ ਲਏ ਸੀ, ਉਹ ਕਿੰਨਾ ਕੁ ਚਿਰ ਸਰਕਾਰ ਦੇ $750 ਨਾਲ ਭਰੇ ਜਾਣਗੇ? ਖਾਸ ਕਰਕੇ ਜਿਹੜੇ ਤਾਂ ਇੱਕ ਜੋਬ ਦੇ ਸਰਕਲ 'ਚ ਸੀਗਾ ਉਹਨੂੰ ਤਾਂ ਪਤਾ ਸੀ ਵੀ ਮੇਰੀ ਇੰਨੀ ਕੁ ਇਨਕਮ ਆ ਤੇ ਮੈਂ ਇੰਨਾ ਕੁ ਖਰਚ ਕਰਨਾ, ਉਹਦਾ ਤਾਂ ਉਨਾ ਕੁ ਚੱਲੀ ਜਾਂਦਾ। ਪਰ ਕਈ ਬਿਜ਼ਨਸਮੈਨ ਦੇਖਣ ਨੂੰ ਵੱਡੇ ਲੱਗਦੇ ਹੁੰਦੇ ਆ ਤੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਬੜਾ ਉਹਨਾਂ ਦਾ ਫਲੋਟ ਹੋ ਰਹੀ ਆ ਮਨੀ, ਪਰ ਐਂਡ ਆਫ ਦਾ ਡੇ ਬਚਣੀ ਉਹਨਾਂ ਨੂੰ ਵੀ ਤਨਖਾਹ ਜਿੰਨੇ ਪੈਸੇ ਹੁੰਦੇ ਆ। ਤੇ ਹੁਣ ਪੰਗਾ ਇਹ ਪੈ ਗਿਆ ਵੀ ਨਾ ਤਾਂ ਤੁਸੀਂ ਕਿਸੇ ਦੀਆਂ ਜੌਬ ਨੂੰ ਜਾਰੀ ਰੱਖ ਸਕਦੇ ਹੋ, ਨਾ ਤੁਸੀਂ ਉਵੇਂ ਉਸ ਪੱਧਰ ਤੇ ਕੰਮ ਕਰ ਸਕਦੇ ਹੋ। ਪਿੱਛੋਂ ਸਮਾਨ ਆਉਣਾ ਬੰਦ ਹੋ ਗਿਆ ਕੋਵਿਡ ਕਰਕੇ, ਸੋ ਚਾਰ ਸਪੇਰੇ ਜਿਹੜੀ ਮਾਰ ਆ ਨਾ ਉਹ ਪੈ ਚੁੱਕੀ ਆ ਤੇ ਹੁਣ ਜਿਹੜੀ ਹਰ ਚੀਜ਼ ਬੱਸੋਂ ਬਾਹਰ ਹੋਣ ਤੋਂ ਬਾਅਦ ਹੀ ਲੋਕ ਸੜਕਾਂ ਤੇ ਆਉਂਦੇ ਆ, ਇੰਨਾ ਰਿਸਕ ਲੈਂਦੇ ਆ। ਦੂਜੀ ਜਿਹੜੀ ਵੈਕਸੀਨੇਸ਼ਨ ਦੀ ਗੱਲ ਆਉਂਦੀ ਆ ਤਾਂ ਵੈਕਸੀਨੇਸ਼ਨ ਦੇ ਵਿੱਚ ਦੇਖੋ ਉੱਕਾ ਦੁੱਕਾ ਘਟਨਾਵਾਂ ਆ ਰਹੀਆਂ ਪ੍ਰੋਬਲਮ ਦੀਆਂ। ਤੇ ਦੂਜੀ ਸਭ ਤੋਂ ਵੱਡੀ ਜਿਹੜੀ ਇੱਕ ਨਾ ਕੋਈ ਵੀ ਚੀਜ਼ ਹੁੰਦੀ ਆ ਉਹ ਬੜੀ ਇੱਕ ਸੈਂਸਿਟਿਵ ਮੁੱਦਾ ਹੁੰਦਾ ਜਦੋਂ ਉਹਨੂੰ ਤੇਜ਼ੀ ਨਾਲ ਲਾਗੂ ਕੀਤਾ ਗਿਆ ਵੈਕਸੀਨੇਸ਼ਨ ਨੂੰ, ਤੇ ਉਹਦੇ ਵਿੱਚ ਉਹਦੀ ਕੋਈ ਟ੍ਰਾਇਲ ਪੀਰੀਅਡ ਨਹੀਂ ਹੋਇਆ, ਤਾਂ ਹੁਣ ਉਹ ਇੱਕ ਬਹੁਤ ਜ਼ਿਆਦਾ ਇੱਕ ਸ਼ੰਕਾ ਖੜੀ ਕੀਤੀ ਜਾ ਰਹੀ ਆ ਵੀ ਜਿਹਦੇ ਵੈਕਸੀਨੇਸ਼ਨ ਲੱਗ ਗਈ ਉਹਦੀ ਲਾਈਫ ਵੀ 10 ਸਾਲ ਰਹਿ ਜਾਣੀ ਆ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਸ਼ੰਕੇ ਖੜੇ ਕੀਤੇ ਜਾ ਰਹੇ ਆ, ਕਿਤੇ ਕਿਹਾ ਜਾ ਰਿਹਾ ਵੀ ਉਹ ਜਨਰੇਸ਼ਨ ਨੀ ਅੱਗੇ ਵਧੂਗੀ, ਏਦਾਂ ਨੀ ਹੋਊਗਾ। ਪਰ ਇਹ ਸਾਰੀਆਂ ਚੀਜ਼ਾਂ ਤੇ ਹੁਣ ਮੈਂ ਇੱਥੇ ਬੈਠ ਕੇ ਕਹਿੰਦਾ ਵੀ ਨਹੀਂ ਏਦਾਂ ਨੀ ਹੋਣ ਵਾਲਾ ਤਾਂ ਕਿਸੇ ਨੇ ਨੀ ਮੰਨਣਾ, ਤੇ ਨਾ ਹੀ ਮੈਨੂੰ ਕੋਈ ਪਤਾ, ਨਾ ਕਿ ਮੈਂ ਕਿਸੇ ਦਾਅਵਾ ਕਰ ਸਕਦਾ ਇਹ ਵੀ ਜੀ ਕਿ ਸਾਰਿਆਂ ਨਾਲ ਹੀ ਉਨੇ ਕੀ ਆ, ਸਾਰੇ ਉਸੇ ਹੀ ਗੱਡੀ ਤੇ ਸਵਾਰ ਆ, ਉਨੀ ਕੁ ਨੌਲੇਜ ਸਭ ਨੂੰ ਆ। ਜਿਹੜੇ ਅੰਦਰਲੇ ਲੋਕ ਆ, ਅੰਦਰਲੇ ਲੋਕ ਕਿਤੇ ਕਿਤੇ ਆਉਂਦੇ ਆ ਵੱਡੇ ਵੱਡੇ ਸ਼ਬਦ ਲੈ ਕੇ ਆਉਂਦੇ ਆ, ਆਖਣਗੇ ਜੀ ਇਹਦੇ ਚ ਆਹ ਵੈਕਸੀਨੇਸ਼ਨ ਚ ਆਹ ਦਵਾਈ ਆ, ਇਹਦੇ ਲੇਟਰ ਆਉਣ ਆਹ ਨਤੀਜੇ ਆਉਣਗੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਸਾਡੀ ਜਨਤਾ ਚ ਸ਼ੰਕੇ ਖੜੇ ਹੋਏ ਪਏ ਆ। ਜੇ ਮੈਂਡੇਟਰੀ ਨੀ ਕਰਦੇ ਤਾਂ ਇੰਟਰਨੈਸ਼ਨਲ ਬਾਰਡਰ ਨੀ ਖੁੱਲਦੇ, ਜਿਹਨਾਂ ਚ ਕਸਾਰੀ ਨੀ ਲੱਗਦੀ। ਜੇ ਕਰਦੇ ਆ ਤਾਂ ਲੋਕ ਨਾਰਾਜ਼ ਹੁੰਦੇ ਆ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅਸੀਂ ਪਹਿਲਾਂ ਵੀ ਕਿਹਾ ਵੀ ਜਿਹੜੀ ਲੋਕਾਂ ਦੀ ਜਿਹੜੀ ਹਾਂ ਨਾ ਵੱਧ ਅਹਿਮੀਅਤ ਰੱਖਦੀ ਹੈ ਸਰਕਾਰ ਮੂਹਰੇ, ਜੇ ਕਿਸੇ ਨੇ ਕਹਿਤਾ ਵੀ ਮੈਂ ਨਹੀਂ ਚਾਹੁੰਦਾ ਤਾਂ ਸਰਕਾਰ ਫਿਰ ਉਹਨੂੰ ਧੱਕਾ ਨਹੀਂ ਕਰ ਸਕਦੀ। ਜੀ ਜੀ ਜੀ, ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਮਿੰਟੂ ਬਰਾੜ ਜੀ। ਤੁਸੀਂ ਗੱਲ ਕਰਦੇ ਹੋ ਜੀ ਇੰਡੀਆ ਦੀ, ਖਾਸ ਕਰਕੇ ਪੰਜਾਬ ਸੂਬੇ ਦੀ ਜੀ। ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਫੇਰ ਬਦਲ ਹੋਇਆ, ਚਰਨਜੀਤ ਚੰਨੀ ਜੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਸੋਸ਼ਲ ਮੀਡੀਆ ਤੇ ਮਿਮਸ ਬਣਾਏ ਜਾ ਰਹੇ ਨੇ, ਚਰਨਜੀਤ ਚੰਨੀ ਦੀ ਸ਼ਖਸੀਅਤ ਦੇ ਉੱਤੇ ਸਵਾਲ ਉਠਾਏ ਜਾ ਰਹੇ ਨੇ ਜੀ। ਦੇਖੋ ਜੀ, ਕੁਝ ਇੱਕ ਲੋਕ ਹੁੰਦੇ ਆ ਉਹ ਜਦੋਂ ਗਰੀਬੀ ਦਾ ਵਿੱਚ ਉੱਠ ਕੇ ਆਉਂਦੇ ਆ ਨਾ ਤੇ ਉਹਨਾਂ ਨੂੰ ਐਡਾ ਸੌਖਾ ਨਹੀਂ ਹੁੰਦਾ ਵੱਡੇ ਘਰਾਣਿਆਂ ਨਾਲ ਮੱਥਾ ਲਾਉਣਾ ਜਾਂ ਵੱਡੇ ਲੀਡਰਾਂ ਨਾਲ ਮੱਥਾ ਲਾਉਣਾ। ਪਰ ਦੂਜੇ ਪਾਸੇ ਸੇਮ ਟਾਈਮ ਦੇ ਉੱਤੇ ਇਹ ਹੁੰਦੇ ਆ ਵੀ ਉਹਦੀ ਇੱਕ ਰਿਜ਼ਰਵੇਸ਼ਨ ਦੇ ਜਿਹੜੇ ਬੈਨੀਫਿਟਸ ਹੁੰਦੇ ਆ ਉਹ ਉਹਨੂੰ ਮਿਲ ਰਹੇ ਹੁੰਦੇ ਆ, ਜਿਨ੍ਹਾਂ ਨਾਲ ਆਮ ਲੋਕਾਂ ਨਾਲੋਂ ਡਬਲ ਸਪੀਡ ਤੇ ਅੱਗੇ ਵੱਧ ਸਕਦਾ ਜਾਂ ਉਹਦੇ ਕੋਲੇ ਓਪਰਚੁਨਿਟੀਜ਼ ਆ ਜਿਹੜੇ ਮੌਕੇ ਆ ਆਮ ਲੋਕਾਂ ਨਾਲੋਂ ਜ਼ਿਆਦਾ ਆਉਂਦੇ ਆ। ਸੋ ਇਹੀ ਚੀਜ਼ ਚੰਨੀ ਚੰਨੀ ਹੋਰਾਂ ਨਾਲ ਸ਼ੁਰੂ ਤੋਂ ਚੱਲ ਰਹੀ ਹੈ, ਚਾਹੇ ਉਹ ਪਹਿਲਾਂ ਯੂਨੀਵਰਸਿਟੀ 'ਚ ਵੀ ਆਪਦੇ ਕਾਲਜ 'ਚ ਵੀ ਰਹੇ, ਫਿਰ ਉਹ ਤੋਂ ਬਾਅਦ ਉਹਨੇ MSC ਵੀ ਜਿੱਤੇ, ਫਿਰ ਉਹ ਤੋਂ ਬਾਅਦ ਆਜ਼ਾਦ MLA ਵੀ ਜਿੱਤੇ, 3 ਵਾਰੀ ਟੋਟਲ MLA ਜਿੱਤ ਚੁੱਕੇ ਆ, ਕਾਂਗਰਸ ਦੇ ਪ੍ਰਧਾਨ ਵੀ ਰਹਿ ਗਏ। ਸਾਰੀਆਂ ਚੀਜ਼ਾਂ 'ਚ ਜੇ ਇੱਕ ਅਹਿਮ ਗੱਲ ਰੋਲ ਅਦਾ ਹੋਇਆ ਤਾਂ ਉਹਨਾਂ ਦਾ ਹੋਇਆ ਇੱਕ ਦਲਿਤ ਵਰਗ ਨਾਲ ਉਹ ਸੰਬੰਧਿਤ ਹੋਣ ਕਰਕੇ ਉਹਨਾਂ ਨੂੰ ਜਿਹੜੀ ਹਰ ਥਾਂ ਤੇ ਪ੍ਰਾਇਓਰਿਟੀ ਮਿਲਦੀ ਗਈ ਆ। ਹੁਣ ਇਹਦੇ ਕਈ ਪੱਖ ਆਉਂਦੇ ਆ ਜੀ, ਇੱਕ ਪੱਖ ਤਾਂ ਜਿਹੜਾ ਉਹ ਚਰਨਜੀਤ ਚੰਨੀ ਦੀਆਂ ਜਿੰਨੀਆਂ ਕੁ ਹੁਣ ਤੱਕ ਇੱਕ ਪੱਖ ਇਹ ਦਿਖਦਾ ਵੀ ਉਹ ਮੀ ਟੂ ਦੇ ਵਿੱਚ ਵੀ ਉਹ ਸ਼ਾਮਿਲ ਹੋ ਚੁੱਕਿਆ ਆ ਗਿਆ ਸੀ,
ਸੁਖਬੀਰ ਬਾਦਲ ਹੋਰਾਂ ਨਾਲ ਇੱਕ ਕੋਈ ਬਹਿਸ ਨਾ ਕਰ ਸਕਣ, ਇੱਕ ਮਿਆਰੀ ਬਹਿਸ ਨਾ ਕਰ ਸਕਣ, ਜਿਹੜੀ ਉਹ ਮਜ਼ਾਕ ਦਾ ਪਾਤਰ ਬਣੇ ਸੀ ਇੱਕ ਵਾਰੀ ਸੰਸਦ ਪਾਰਲੀਮੈਂਟ ਦੇ ਵਿੱਚ। ਸੋ ਇਸ ਕਰਕੇ ਜਿਹੜੇ ਉਹਨਾਂ ਦੇ ਨੈਗੇਟਿਵ ਪੱਖ ਤਿੰਨੇ ਚਾਰੇ ਉਹ ਹੁਣ ਉਛਾਲਣੀ ਉਛਲ ਰਹੇ ਆ। ਦੂਜਾ ਪੱਖ ਇਹ ਵੀ ਆ ਵੀ ਜੇ ਕਹੀਏ ਵੀ ਉਹ ਦਲਿਤ ਵਰਗ ਤੇ ਇੱਕ ਅਨਪੜ੍ਹ ਬੰਦਾ ਤਾਂ ਅਨਪੜ੍ਹ ਵੀ ਨਹੀਂ ਹੈ, ਇੱਥੋਂ ਤੱਕ ਵੀ ਦੱਸਿਆ ਜਾ ਰਿਹਾ ਵੀ ਦੇਖੋ ਉਹਨਾਂ ਨੇ ਪੜ੍ਹਾਈ ਲਿਖਾਈ ਹਜੇ ਵੀ ਜਾਰੀ ਰੱਖੀ ਹੋਈ ਹੈ ਤੇ ਕੋਈ PhD ਕਰ ਰਿਹਾ ਕਿਸੇ ਚੀਜ਼ ਦੇ ਉੱਤੇ, ਇਹ ਵੀ ਇੱਕ ਪੱਖ ਆ। ਪਰ ਇਹ ਸਾਰੇ ਪੱਖਾਂ ਨੂੰ ਰਲਾ ਕੇ ਜੇ ਕੁੱਲ ਦੇਖਿਆ ਜਾਵੇ ਤਾਂ ਮੈਨੂੰ ਜਿਹੜੀ ਲੱਗ ਰਹੀ ਆ ਗੱਲ ਉਹ ਚਰਨਜੀਤ ਚੰਨੀ ਨੂੰ ਇੱਕ ਬਲੀ ਦਾ ਬੱਕਰਾ ਬਣਾਇਆ ਗਿਆ ਅਗਲੇ 2-3 ਮਹੀਨਿਆਂ ਲਈ। ਇਹ ਪਹਿਲਾਂ ਹੋ ਚੁੱਕਿਆ, ਭੱਠਲ ਸਰਕਾਰ ਵੇਲੇ ਵੀ ਇਹੀ ਕੁਛ ਹੋਇਆ ਸੀਗਾ, ਜਦੋਂ ਉਸ ਟਾਈਮ ਹਰਚਰਨ ਸਿੰਘ ਬਰਾੜ ਹੋਰਾਂ ਦੇ ਜਦੋਂ ਉਹਨਾਂ ਦਾ ਇੱਕ ਐਟੀਟਿਊਡ ਇਹ ਜਾ ਰਿਹਾ ਵੀ ਉਹਨਾਂ ਤੋਂ ਸਾਰੇ MLA ਦੁਖੀ ਹੋ ਗਏ ਤਾਂ ਉਹ ਖੜੇ ਪੈਰ ਉਹਨਾਂ ਨੇ 2 ਮਹੀਨਿਆਂ ਲਈ ਬੀਬੀ ਭੱਠਲ ਨੂੰ ਜਿਹੜਾ ਮੁੱਖ ਮੰਤਰੀ ਬਣਾਇਆ ਸੀ, ਪਰ ਉਸ ਤੋਂ ਬਾਅਦ ਉਹ ਦਿਨ ਮੁੜ ਕੇ ਨਹੀਂ ਆਏ ਉਹਨਾਂ ਦੇ। ਇਵੇਂ ਜੇ ਕਿ ਇਹਨਾਂ ਨੂੰ ਜਾਂ ਤਾਂ ਇਹਨਾਂ ਦੇ ਨਾਂ ਤੇ ਇਲੈਕਸ਼ਨ ਲੜਦੇ ਆ ਤਾਂ ਮੰਨ ਲੈਂਦੇ ਆ ਵੀ ਦਲਿਤ ਵੋਟ ਲਈ ਇਹ ਲੜ ਰਹੇ ਆ ਕਰ ਰਹੇ ਆ, ਪਰ ਮੈਨੂੰ ਲੱਗਦਾ ਦਲਿਤਾਂ ਨੂੰ ਭਰਮ ਪਾਲਣ ਲਈ ਇਹ 2-3 ਮਹੀਨੇ 4 ਮਹੀਨੇ ਨਾਲ ਰੱਖ ਕੇ ਤੇ ਬਾਜ਼ਾਰ ਤੇ ਆਉਣ ਦੀ ਜਿਹੜੀ ਕੋਸ਼ਿਸ਼ ਕਰਨਗੇ। ਪਰ ਇੱਕ ਜਿਹੜੀ ਹੋਰ ਇਹ ਮੰਨਣੀ ਹੈ ਗੱਲ ਵੀ ਜਿਹੜੀ ਕੋਈ ਬੰਦਾ ਡਿਜ਼ਰਵ ਕਰਦਾ, ਜੇ ਹੁਣ ਅਸੀਂ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਹੈਗੀ ਜੀ 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 ਪਰ ਹੁਣ ਇੱਥੇ ਜੇ ਗੱਲ ਕਰੀਏ ਆਪਾਂ ਚਰਨਜੀਤ ਚੰਨੀ ਹੋਰਾਂ ਦੀ, ਚਰਨਜੀਤ ਚੰਨੀ ਅਗਲੇ 2 ਕੁ ਮਹੀਨੇ ਉਹਨਾਂ ਕੋਲੇ ਪਾਵਰ ਰਹਿਣੀ ਆ, ਫਿਰ ਤਾਂ ਚੋਣ ਜਾਬਤਾ ਲੱਗ ਜਾਣਾ ਤਾਂ 2 ਮਹੀਨੇ ਕੀ ਤਾਂ ਕਰ ਲੈਣਗੇ ਜਦੋਂ ਖਜ਼ਾਨਾ ਖਾਲੀ ਆ। ਜੀ ਜੀ ਉਹ ਸਿਰਫ ਮੋਹਰਾਂ ਤੇ ਰਬੜ ਦੀ ਮੋਹਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਵਿਚਰਨਾ ਪਊਗਾ। ਹਾਂ ਇੰਨਾ ਬਹੁਤ ਆ ਵੀ ਉਹਨਾਂ ਦੇ ਰਹਿੰਦੀ ਉਮਰ ਦੇ ਬੈਨੀਫਿਟਸ ਸ਼ੁਰੂ ਹੋ ਗਿਆ, ਇੱਕ ਮੁੱਖ ਮੰਤਰੀ ਦੇ ਬੈਨੀਫਿਟਸ ਮਿਲਣਗੇ ਉਹਨਾਂ ਨੂੰ ਸਾਰੀ ਉਮਰ, ਇਹ ਉਹਨਾਂ ਦਾ ਲੱਕ ਲਾ ਲਓ ਜਾਂ ਕਿਸਮਤ ਲਾ ਲਓ ਜੋ ਵੀ ਉਹਨਾਂ ਦੀ ਉਹਨਾਂ ਨਾਲ ਆ। ਜੀ ਦੂਜੀ ਜਿਹੜੀ ਪਿੱਛੇ ਘਟਨਾਕ੍ਰਮ ਚੱਲਿਆ ਤੇ ਕੱਲ ਮੈਂ ਖਾਸ ਕਰਕੇ ਮੀਡੀਆ ਤੇ ਵੀ ਇੱਕ ਸਟੇਟਸ ਪਾਇਆ ਸੀ ਵੀ ਸਾਡੇ ਮੀਡੀਆ ਨੇ ਕਿਹੜਾ ਰੋਲ ਅਦਾ ਕੀਤਾ, ਹਰ ਗੱਲ ਤੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਭਰੋਸੇਯੋਗ, ਪਰ ਉਹ ਭਰੋਸੇਯੋਗ ਸੂਤਰਾਂ ਦੇ ਸਾਰੇ ਅੰਦਾਜ਼ੇ ਗਲਤ ਨਿਕਲੇ ਤੇ ਉਹਨਾਂ ਨੇ ਇੱਕ ਡਰਾਮਾ ਹੋਰ ਕਰਦੇ ਰਹੇ। ਐਂਡ ਆਫ ਦੀ ਡੇ ਲੱਡੂ ਕਿਸੇ ਦੇ ਘਰੇ ਵੰਡੇ ਗਏ ਤੇ ਜਿਹੜੀ ਕੁਰਸੀ ਆ ਕਿਸੇ ਨੂੰ ਮਿਲ ਗਈ ਆ। ਜੀ ਜੀ ਇਹ ਜਿਹੜੇ ਬੰਦੇ ਕਾਂਗਰਸ ਨਾਲ ਸ਼ੁਰੂ ਤੋਂ ਜੁੜੇ ਆ ਨਾ ਉਹਨਾਂ ਦਾ ਪਤਾ ਵੀ ਕਾਂਗਰਸ ਦੇ ਨਾ ਬਹੁਤ ਵਾਰੀ ਦਿੱਲੀ ਜਾਂਦੇ ਆ ਲੋਕ ਟਿਕਟ ਲੈਣਾ, MLA MP ਜਾਂਦੇ ਆ ਤੇ ਉਹ ਆ ਕੇ ਗੱਡੀ ਚੜ ਕੇ ਆ ਕੇ ਇੱਥੇ ਮਿਠਾਈਆਂ ਵੀ ਵੰਡ ਦਿੰਦੇ ਆ ਤੇ ਉੱਥੋਂ ਟਿਕਟ ਲੈ ਕੇ ਆਉਂਦੇ ਆ, ਪਰ ਜਦੋਂ ਪਤਾ ਲੱਗਦਾ ਤੀਜੇ ਦਿਨ ਕਿ ਨਹੀਂ ਉਹਦੀ ਟਿਕਟ ਬਦਲਤੀ ਕੁਝ ਇੱਕ ਕਾਰਨਾਂ ਕਰਕੇ। ਸੋ ਕਾਂਗਰਸ ਇੱਕ ਪਾਰਟੀ ਆ, ਵੱਡੀ ਪਾਰਟੀ ਆ ਜਿਹੜੀ ਦਿੱਲੀ ਤੋਂ ਕੰਟਰੋਲ ਹੁੰਦੀ ਆ ਤੇ ਉਹ ਇਹਨਾਂ ਦੇ ਬਸ ਦਾ ਰੋਗ ਨਹੀਂ ਹੈ। ਉਹਨਾਂ ਨੇ ਸੋਚਿਆ ਦੇਖੋ ਸਿੱਧੂ ਸਭ ਤੋਂ ਵੱਡਾ ਕੈਂਡੀਡੇਟ ਬਣ ਕੇ ਲੋਕਾਂ ਨੂੰ ਲੱਗਦਾ ਸੀ ਸਿੱਧੂ ਨੂੰ ਬਣਾਉਣਗੇ, ਪਰ ਸਿੱਧੂ ਦੇ ਬਣਨ ਸਾਰ ਕੈਪਟਨ ਚਾਹੇ 10 MLA ਤੋੜ ਲੈਂਦਾ, ਤੋੜ ਵੀ ਲੈਂਦਾ, 10 MLA ਕਾਰਜਕਾਰਨੀ ਜੋ ਵੀ ਕਰਵਾ ਰਹੇ ਨੇ ਨਵਜੋਤ ਸਿੰਘ ਸਿੱਧੂ ਕਰਵਾ ਰਹੇ ਨੇ, ਸੋ ਚਰਨਜੀਤ ਚੰਨੀ ਇਹਨਾਂ ਦੇ ਹੱਥਾਂ ਦੀ ਕਠਪੁਤਲੀ ਹੈ। ਦੇਖੋ ਕੱਲੇ ਸਿੱਧੂ ਨਹੀਂ ਕਰਾ ਰਹੇ, ਜੇ ਸਿੱਧੂ ਦੇ ਆਖੇ ਸਾਰਾ ਕੁਛ ਹੁੰਦਾ ਹੁੰਦਾ ਨਾ ਹਾਈਕਮਾਂਡ ਕਰਦੀ ਹੁੰਦੀ ਫਿਰ ਗੱਲ ਹੋਰ ਹੁੰਦੀ। ਇਹਦੇ ਵਿੱਚ ਹਾਈਕਮਾਂਡ ਦੀ ਆਪਦੀ ਬਹੁਤ ਵੱਡੇ ਉਹਨਾਂ ਦੇ ਥਿੰਕ ਟੈਂਕ ਆ, ਉਹਨਾਂ ਨੇ ਆਪਦੀ ਜਿਹੜੀ ਸੱਪ ਮਾਰਿਆ ਤੇ ਸੋਟੀ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਅਗਲੇ 2-3 ਮਹੀਨਿਆਂ ਲਈ, ਤੇ ਸਿੱਧੂ ਨੂੰ ਇਹ ਗੱਲ ਸਮਝਾਈ ਗਈ ਆ ਵੀ ਜੇ ਤੂੰ ਹੁਣ 2-3 ਮਹੀਨੇ ਟਪਾ ਲੇਗਾ ਤਾਂ ਹੋ ਸਕਦਾ ਵੀ ਤੇਰੀ ਸਰਕਾਰ ਬਣ ਜੇ, ਚਾਂਸਿਸ ਹੈਗੇ। ਸੋ ਇਹ ਸਾਰੇ ਤਹਿਤ ਜਿਹੜਾ ਚਰਨਜੀਤ ਚੰਨੀ ਦੀ ਜਿਹੜੀ ਬਲੀ ਦਿੱਤੀ ਗਈ ਆ, ਸੁਖਜਿੰਦਰ ਰੰਧਾਵਾ ਹੋਰਾਂ ਦਾ ਨਾਂ ਆਉਣ ਤੇ ਵੀ ਕੈਪਟਨ ਨੇ ਹੱਥ ਪਿੱਛੇ ਖਿੱਚਣਾ ਸੀਗਾ, ਹੋਰ ਉਹਨਾਂ ਨੇ ਜਿਹੜੇ ਉਹਨਾਂ ਨਾਲ ਜਿਹਨਾਂ ਨਾਲ ਧੋਖੇ ਦਿੱਤੇ ਤੇ ਜਿਹੜੇ ਉਹਨਾਂ ਦੇ ਬਰਾਬਰ ਦੇ ਸੀ ਉਹਨਾਂ ਤੋਂ ਪਤਾ ਸੀ, ਤੇ ਚਰਨਜੀਤ ਚੰਨੀ ਦੇ ਮਾਮਲੇ 'ਚ ਕੈਪਟਨ ਕਿਉਂ ਨੀ ਬੋਲੇ, ਉਹਨਾਂ ਨੇ ਵਧਾਈ ਦਿੱਤੀ, ਉਹਨਾਂ ਨੂੰ ਪਤਾ ਵੀ ਇਹ ਕੈਪੇਬਲ ਹੀ ਹੈ ਨੀ ਬੰਦਾ, ਤੇ ਸਾਰੀ ਦੁਨੀਆ ਦੇ ਵਿੱਚ ਉਸ ਬੰਦੇ ਨੂੰ ਜਿਹੜਾ ਬਣਾ ਦਿੱਤਾ ਉਹ ਕਹਿੰਦੇ ਵੀ ਮੈਂ ਜਿਵੇਂ ਦੂਜੀ ਨੂੰਹ ਮਾਂ ਤੋਂ ਵੱਡੀ, ਪਹਿਲੀ ਨੂੰਹ ਦਾ ਪਤਾ ਲੱਗਦਾ ਨਾ ਤੇ ਉਹ ਦੂਜੀ ਨੂੰਹ ਵਾਲਾ ਕੰਮ ਹੋਊਗਾ ਵੀ ਮੇਰੀ ਫੇਰ ਵਡਿਆਈ ਹੋਊਗੀ ਵੀ ਕੈਪਟਨ ਹੀ ਚੰਗਾ ਸਿੱਧੂ ਦਾ। ਸੋ ਇਸ ਕਰਕੇ ਕੈਪਟਨ ਨੇ ਚਰਨਜੀਤ ਚੰਨੀ ਦੇ ਮਾਮਲੇ 'ਚ, ਹਾਲਾਂਕਿ ਚਰਨਜੀਤ ਚੰਨੀ ਵੀ ਉਹਨਾਂ ਸਮਾਂ 'ਚ ਰਿਹਾ ਉਹਨਾਂ ਮੋਹਰੀਆਂ ਸੀ ਜਿਹੜੇ ਕੈਪਟਨ ਨੂੰ ਡੇਗਣ ਵਾਲਿਆਂ ਸੀ ਜੀ ਜੀ ਤੇ ਮੀਟਿੰਗ 'ਚ ਸ਼ਾਮਲ ਹੁੰਦੇ ਰਹੇ ਆ, ਪਰ ਕੁੱਲ ਮਿਲਾ ਕੇ ਜਿਹੜਾ ਅਗਲਾ 2-3 ਮਹੀਨਿਆਂ ਦਾ ਜਿਹੜਾ ਚਾਨਣਾ ਘਟਨਾਕ੍ਰਮ ਉਹਦੇ 'ਚ ਇੱਕ ਆਪਾਂ ਇਹ ਨਾ ਪਾਲ ਲਈਏ ਵੀ ਹੁਣ CM ਚੇਂਜ ਹੋ ਗਿਆ ਤੇ ਬਹੁਤ ਵੱਡੀ ਜਿਹੜੀ ਕੋਈ ਤਬਦੀਲੀ ਆਏਗੀ, ਕੋਈ ਤਬਦੀਲੀ ਨਹੀਂ ਆਉਣ ਵਾਲੀ, ਉਵੇਂ ਹੀ ਚੱਲਣਾ ਉਵੇਂ ਸਭ ਕੁਛ ਹੋਊਗਾ। ਹਾਂ ਕੈਪਟਨ ਨੂੰ ਜਿਹੜਾ ਉਹਨੇ ਐਂਡ ਤੇ ਜਿਹੜਾ ਬਿਆਨ ਦਿੱਤਾ ਵੀ ਮੈਂ ਜਲਾਲਤ ਮਹਿਸੂਸ ਕਰ ਰਿਹਾ, ਉਹ ਤੇ ਜ਼ਰੂਰ ਆਪਾਂ ਕਹਿਣਾ ਚਾਹੂੰਗਾ ਵੀ ਜਿਹੜਾ ਬੰਦਾ
24 ਘੰਟੇ ਤੇ ਸਾਰੀ ਲਾਈਫ ਲੋਕਾਂ ਨੂੰ ਜਲੀਲ ਕਰਦਾ ਰਿਹਾ ਤੇ ਉਹਨੂੰ ਵੀ ਜਲਾਲਤ ਮਹਿਸੂਸ ਹੋ ਸਕਦੀ ਹੈ ਇਹ ਦੇਖਣ ਵਾਲੀ ਗੱਲ ਆ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਐਮਪੀ ਐਮਐਲਏ ਤੁਹਾਨੂੰ ਮਿਲ ਜਾਣਗੇ ਜਿਹੜੇ ਸਵੇਰ ਜਾ ਕੇ ਗੇਟ ਤੇ ਬਹਿ ਜਾਂਦੇ ਸੀ ਹਾਲਾਂਕਿ ਚੁਣੇ ਹੋਏ ਨੁਮਾਇੰਦੇ ਸੀ ਉਹਨਾਂ ਦਾ ਰਾਈਟ ਸੀ ਆਪਦੇ ਮੁੱਖ ਮੰਤਰੀ ਨੂੰ ਮਿਲਣ ਦਾ ਤੇ ਸ਼ਾਮ ਨੂੰ ਇਹ ਲੈ ਕੇ ਮੋੜ ਦਿੱਤਾ ਜਾਂਦਾ ਸੀ ਵੀ ਕੈਪਟਨ ਸਾਹਿਬ ਨਹੀਂ ਮਿਲਣਗੇ ਕਿਉਂਕਿ ਕੈਪਟਨ ਸਾਹਿਬ ਆਪਦੀਆਂ ਮਸ਼ਰੂਫਤੀਆਂ ਜਿਹੜੀਆਂ ਉਹਨਾਂ ਦੀ ਘੜਛੀ ਘਮਾਉਣ ਤੱਕ ਦੀਆਂ ਜਿਹੜੀਆਂ ਉਹਨਾਂ ਦੀਆਂ गैर हाजर रहे जी कैप्टन अमरिंदर उस तो बाद इन्होंने सद्दा भी दिता जी लंच दे उत्ते भोजन दे उत्ते बुलाया सी पर प्रगट सिंह दे घर नूं तरजीह दित्ती चरणजीत चन्नी ने उहदे नाल सिद्धू भी बैठे दिखाई दे रहे ने जी उत्थे दे लंच करदे बिल्कुल जी देखो हुण जिहड़ी इक राजनीति जिहड़ा बहुत थोड़ा समां इन्हां ने सरकार भी बनाउणी आ ਇਹਨੇ ਐਡਮਿਨਿਸਟ੍ਰੇਸ਼ਨ ਵੀ ਸਾਰੀ ਚੇਂਜ ਕਰਨੀ ਹੈ ਕਿਉਂਕਿ ਹੁਣ ਤੱਕ ਬਿਊਰੋਕਰੇਟ ਦੀ ਚੜਤ ਸੀ ਬਿਊਰੋਕਰੇਟ ਆ ਜਿਹੜੇ ਉਹ ਕਿਤੇ ਨਾ ਕਿਤੇ ਮੰਤਰੀਆਂ ਨਾਲੋਂ ਵੱਧ ਪਾਵਰ 'ਚ ਸੀਗੇ ਸੋ ਬਿਊਰੋਕਰੇਟ ਨੂੰ ਵੀ ਹੁਣ ਬਦਲਣਾ ਪੈਣਾ ਇਹਨਾਂ ਨੂੰ ਅਗਲੇ 2 ਮਹੀਨਿਆਂ ਵਾਸਤੇ ਤੇ ਗਾਂਹ ਬਦਲੀਆਂ ਹੋਣੀਆਂ ਨੇ ਜੋ ਜਾਬਤਾ ਲਾਗੂ ਹੋ ਗਿਆ ਸੋ ਬਸ ਇਕੱਲਾ ਕੰਮ ਰਹਿ ਗਿਆ ਅੰਦਰੂਨੀ ਜਨਤਾ ਲਈ ਫੇਰ ਕੁਛ ਨਹੀਂ ਹੈ ਜਨਤਾ ਲਈ ਤਾਂ ਕਿਉਂਕਿ ਖਜ਼ਾਨੇ 'ਚ ਕੁਛ ਨਹੀਂ ਜਨਤਾ ਫੇਰ ਹੀ ਕੁਛ ਹੋਊਗਾ ਖਜ਼ਾਨੇ 'ਚ ਕੁਛ ਨਹੀਂ ਤੋਂ ਯਾਦ ਆਇਆ ਜੀ ਤੁਸੀਂ ਮੀਮਸ ਦੇਖੇ ਹੋਣਗੇ ਮਨਪ੍ਰੀਤ ਬਾਦਲ ਜੋ ਕਿ ਖਜ਼ਾਨਾ ਮੰਤਰੀ ਨੇ ਚਰਨਜੀਤ ਚੰਨੀ ਜੀ ਨੂੰ ਕਹਿ ਰਹੇ ਨੇ ਉਹ ਮੀਮਸ ਦੇ ਵਿੱਚ ਕਿ ਥੋੜਾ ਫੜੀਆਂ ਕਹਿੰਦੇ ਥੋੜੇ ਸੋਚ ਸਮਝ ਕੇ ਮਾਰੀ ਆਪਣਾ ਸਰਕਾਰੀ ਖਜ਼ਾਨਾ ਖਾਲੀ ਆ ਬਿਲਕੁਲ ਜੀ ਬਹੁਤ ਵੱਖਰੇ ਵੱਖਰੇ ਕਿਸਮ ਦੇ ਜਿਹੜੇ ਮੀਮਸ ਬਣਾ ਕੇ ਲੋਕ ਪੇਸ਼ ਕਰ ਰਹੇ ਆ ਲੋਕਾਂ ਨੂੰ ਗੱਲਾਂ ਕਰਨ ਨੂੰ ਮਿਲ ਗਈਆਂ ਜੀ ਤੇ ਲੋਕਾਂ ਨੂੰ ਆਹੀ ਚੀਜ਼ਾਂ ਚਾਹੀਦੀਆਂ ਅਸਲ 'ਚ ਮੈਨੂੰ ਵੀ ਜਿੱਥੋਂ ਤੱਕ ਮੇਰੀ ਵੀ ਸੋਚ ਇਹੀ ਕੰਮ ਕਰਦੀ ਆ ਵੀ ਸਾਨੂੰ ਕੰਮਾਂ ਕੁੰਮਾਂ ਤਾਂ ਹੀ ਇੱਕ ਚੰਗੀ ਜ਼ਿੰਦਗੀ ਤਾਂ ਹੀ ਚੰਗੀ ਸਾਡੀ ਸਾਡੇ ਆਉਣ ਵਾਲੇ ਭਵਿੱਖ ਲਈ ਸਾਨੂੰ ਕੋਈ ਬਾਹਲਾ ਫਰਕ ਨਹੀਂ ਪੈਂਦਾ ਸਾਨੂੰ ਤਾਂ ਕੋਈ ਹੱਸਣ ਖੇਡਣ ਲਈ ਕੋਈ ਮਜ਼ਾਕ ਦਾ ਪਾਤਰ ਚਾਹੀਦਾ ਹੁੰਦਾ ਜੋ ਮਜ਼ਾਕ ਦੇ ਪਾਤਰ ਹੁਣ ਅਗਲੇ ਕੁਝ ਚਿਰ ਲਈ ਸਾਨੂੰ ਮਿਲ ਗਏ ਆ ਤੇ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕੈਪਟਨ ਦੇ ਤੇ ਕਿਤੇ ਉਹਦਾ ਦੇ ਪਰ ਹੁਣ ਦੂਜੇ ਪਾਸੇ ਇੱਕ ਚੀਜ਼ ਜ਼ਰੂਰ ਸਾਹਮਣੇ ਆਉਣੀ ਸ਼ੁਰੂ ਹੋਈ ਆ ਵੀ ਜਿਹੜੇ ਲੋਕ ਭਗਵੰਤ ਮਾਨ ਨੂੰ ਕਹਿੰਦੇ ਸੀ ਵੀ ਉਹ ਇੱਕ ਕਮੇਡੀਅਨ ਆ ਤੇ ਉਹ ਸੀਐਮ ਬਣਨ ਦੇ ਲਾਇਕ ਨਹੀਂ ਹੈ ਤੇ ਉਹ ਹੁਣ ਉਹਦੇ ਨਾਲ ਹੁਣ ਕੁਝ ਨਾ ਕੁਝ ਭਗਵੰਤ ਮਾਨ ਦਾ ਕਰਦਾ ਜਿਹੜਾ ਸੀਐਮ ਦੀ ਰੇਸ 'ਚ ਵੱਡਾ ਹੋ ਗਿਆ ਜੇ ਉਹਨਾਂ ਦੀ ਪਾਰਟੀ ਵੀ ਸੋਚੇ ਕਿਉਂਕਿ ਉਦੋਂ ਵੀ ਇੱਕ ਸ਼ਬਜ ਬਾਗ ਦਿਖਾਏ ਨੇ ਸਿਆਸਤੀ ਸ਼ਬਜ ਬਾਗ ਮੈਂ ਕਹਾਂਗੀ ਉਹਨਾਂ ਨੂੰ ਕਈ ਲੋਕ ਆ ਜਾਂਦੇ ਨੇ ਜੀ ਝਾਂਸੇ ਦੇ ਵਿੱਚ ਪਰ ਹੁਣ ਜਿਹੜੀ ਅਕਾਲੀ ਦਲ ਦੀ ਸਰਕਾਰ ਹੈ ਉਹਦਾ ਵਜੂਦ ਕਿੱਥੇ ਕੁ ਦੇਖਦੇ ਹੋ ਤੁਸੀਂ ਪੰਜਾਬ ਦੇ ਵਿੱਚ ਦੇਖੋ ਅਕਾਲੀ ਦਲ ਆ ਜਿਹੜਾ ਉਹ ਆਪਦੇ ਪੱਤੇ ਚੱਲ ਰਿਹਾ ਉਹਨਾਂ ਨੇ ਵੀ ਦੇਖੋ ਉਪ ਮੁੱਖ ਮੰਤਰੀ ਦਲਿਤ ਲਾਉਣ ਦੀ ਜਿਹੜੀ ਗੱਲ ਕੀਤੀ ਸੀ ਬੀਜੇਪੀ ਨੇ ਦਲਿਤ ਮੁੱਖ ਮੰਤਰੀ ਦੀ ਗੱਲ ਕੀਤੀ ਸੀ ਇਹਨਾਂ ਨੇ ਕਾਂਗਰਸ ਨੇ ਉਸ ਪੱਤੇ ਨੂੰ ਆਪ ਚੱਲਣ ਦੀ ਕੋਸ਼ਿਸ਼ ਕੀਤੀ ਆ ਪਰ ਮੈਨੂੰ ਲੱਗਦਾ ਕਈ ਯਾਰ ਇਹਨਾਂ ਜਿਹੜੀ ਦਲਿਤ ਦਲਿਤ ਕਰਕੇ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਬੈਕਫਾਇਰ ਵੀ ਕਰ ਸਕਦੀ ਆ ਇਹ ਰਾਜਨੀਤੀ ਨੇ ਇਹਨਾਂ ਨੂੰ ਬੈਕਫਾਇਰ ਕਰ ਸਕਦੀ ਆ ਸੋ ਜਿਹੜੀ ਅਕਾਲੀ ਦਲ ਦੀ ਜਾਂ ਹੋਰ ਸਾਰੀਆਂ ਪਾਰਟੀਆਂ ਦੀ ਜਿਹੜੀ ਮੈਨੂੰ ਪੋਜੀਸ਼ਨ ਹੋਣ ਲੱਗ ਰਹੀ ਆ ਮੈਨੂੰ ਇਹ ਲੱਗ ਰਿਹਾ ਵੀ ਜਿਹੜੀ ਆਉਣ ਵਾਲੀ ਜਿਹੜੀ ਗੱਲਾਂ ਆਉਣ ਵਾਲਾ ਜਿਹੜਾ ਟਾਈਮ ਆ ਇਲੈਕਸ਼ਨਾਂ 'ਚ ਬਸ ਕੱਲੀ ਖਿਚੜੀ ਤੋਂ ਸਵਾਏ ਕੁਛ ਨਹੀਂ ਦਿਖਦਾ ਦਿਖਾਈ ਦੇ ਰਿਹਾ ਅੱਜ ਦੀ ਘੜੀ ਤਾਂ ਇਹ ਆ ਵੀ ਖਿਚੜੀ ਬਣੂਗੀ ਤੇ ਉਦੋਂ ਬਾਅਦ ਫਿਰ ਹੈਰਾਨ ਨਾ ਹੋਇਆ ਹੋਇਓ ਜੇ ਕਿਤੇ ਸ਼ੇਰ ਤੇ ਬੱਕਰੀਆਂ ਇੱਕੋ ਘਾਟ ਤੇ ਪਾਣੀ ਪੀ ਕੇ ਸਰਕਾਰ ਬਣਾਉਂਦੀਆਂ ਦੇਖਣਾ ਜੀ ਬਿਲਕੁਲ ਵੀ ਹੋਣਾ ਵੀ ਇਹੀ ਹੈ ਜੀ ਕਿਉਂਕਿ ਜਨਤਾ ਨੂੰ ਇਹ ਮੂਰਖ ਬਣਾਉਂਦੇ ਆ ਜੀ ਤੇ ਜਨਤਾ ਹਮੇਸ਼ਾ ਮੂਰਖ ਬਣਦੀ ਆਈ ਹੈ ਫਿਰ ਆਪਸ ਵਿੱਚ ਕਿਸੇ ਦਾ ਕੋਈ ਧੀ ਪੋਤਾ ਪੋਤਰੀ ਵਿਆਹ ਦੇ ਵਿੱਚ ਇਕੱਠੇ ਹੋ ਕੇ ਜੱਫੀਆਂ ਪਾਉਂਦੇ ਹੁੰਦੇ ਆ ਜੀ ਬਿਲਕੁਲ ਜੀ ਬਿਲਕੁਲ ਤੇ ਅਸੀਂ ਤਾਂ ਆਸ ਕਰਦੇ ਆ ਵੀ ਜਿਹੜੀ ਜਿਹੜੇ ਮੁੱਦੇ ਉਠਾ ਰਹੇ ਆ ਨਾ ਵੀ ਚਰਨਜੀਤ ਚੰਨੀ ਤੇ ਮੀਟੂ ਵਾਲਾ ਮੁੱਦਾ ਉਠਾਉਣ ਦੀ ਕੋਸ਼ਿਸ਼ ਆ ਜੇ ਮੀਟੂ ਵਾਲੇ ਗੱਲਾਂ ਕਰੀਆਂ ਜਾਣ ਨਾ ਜੇ ਇੱਥੇ ਕਰੀਏ ਤੇ ਮੈਂ ਤਾਂ ਵੀ ਤੁਹਾਨੂੰ ਕਿਸੇ ਵੀ ਪਾਰਟੀ 'ਚ ਇੱਕ ਵੀ ਲੀਡਰ ਲੱਭਣਾ ਔਖਾ ਹੋ ਜੇ ਜਿਹਨੇ ਆਪਣੀ ਲਾਈਫ ਦੇ ਵਿੱਚ ਕੁਛ ਨਾ ਕੁਛ ਜਾਂ ਕੁਛ ਨਹੀਂ ਕੀਤਾ ਜਾਂ ਉਹ ਨਹੀਂ ਕਰ ਰਹੇ ਸੋ ਇਹ ਤਾਂ ਕੋ ਬਸ ਜਿਹੜਾ ਫੜਿਆ ਗਿਆ ਚੋਰ ਆ ਜੀ ਉਹਦੀ ਫੋਟੋ ਫੜੀ ਗਈ ਉਹ ਚੋਰ ਆ ਨਹੀਂ ਤਾਂ ਦੂਜਿਆਂ ਦੀਆਂ ਵੀ ਹਿਸਟਰੀਆਂ ਇਹੋ ਜਿਹੀਆਂ ਆ ਜੀ ਜੀ ਅਕਾਲੀ ਦਲ ਤੇ ਕਾਂਗਰਸ ਦੇ ਵਿੱਚੋਂ ਜਿਹੜੇ ਲੀਡਰਾਂ ਦੀਆਂ ਪਿੱਛੇ ਜੇ ਪਰਚੇ ਖੁੱਲੇ ਨੇ ਜੀ ਉਹ ਕਿਸੇ ਤੋਂ ਅੱਖੋਂ ਪਰੋਖੇ ਨਹੀਂ ਹੋਏ ਸਾਰਿਆਂ ਦਾ ਜਿਹੜਾ ਕਰੈਕਟਰ ਸੀਗਾ ਉਹ ਸਾਹਮਣੇ ਆਇਆ ਲੋਕਾਂ ਦੇ ਜੀ ਬਹੁਤ ਬਹੁਤ ਸ਼ੁਕਰੀਆ ਮਿੰਟੂ ਬਰਾੜ ਜੀ ਇਸ ਜਾਣਕਾਰੀ ਦੇ ਲਈ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਹਾਡੇ ਤੋਂ ਵੀ ਸਮਾਂ ਹੋ ਚੱਲਿਆ ਜੀ ਇਜਾਜ਼ਤ ਲੈਣ ਦਾ ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਸਟਰੀ ਵੀ ਆਸਟ੍ਰੇਲੀਆ ਧੰਨਵਾਦ